ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਚੜਾ ਦਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੀ ਇਹ ਸਦਾ ਤਾਂਗ ਰਹਿੰਦੀ ਹੈ ਕਿ ਤੁਹਾਨੂੰ ਨਵੇਂ ਵਿਸ਼ਿਆਂ ਦੇ ਰੂਬਰੂ ਜਿਹੜਾ ਕੀਤਾ ਜਾਏ ਉਹ ਗੱਲਾਂ ਜਾਂ ਉਹ ਕੁਸ਼ ਜੋ ਖੇਤਰ ਚ ਵਾਪਰਿਆ ਹੈ ਉਹਦੇ ਸੰਬੰਧੀ ਤੁਹਾਡੇ ਨਾਲ ਸਾਂਝ ਪਾਈ ਜਾਏ ਕਿ ਕੀ ਕੋ ਸਾਨੂੰ ਲੜਿੰਦਾ ਹੈ ਕੀ ਕੁਸ਼ ਇਸ ਵੇਲੇ ਜਿਹੜਾ ਵਾ ਉਹ ਕਰਨਾ ਬਣਦਾ ਹੈ ਤੇ ਅੱਜ ਅਸੀਂ ਇਸੇ ਸਿਲਸਲੇ ਦੇ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਤੁਹਾਡੇ ਨਾਲ ਆਏ ਆਂ ਕੜਕਨਾਥ ਮੁਰਗਾ ਜਾਂ ਮੁਰਗੀਆਂ ਇਸ ਨਸਲ ਦੇ ਬਾਰੇ ਕਿਸਾਨ ਵੀਰੋ ਤੁਸੀਂ ਸੁਣਿਆ ਹੋਵੇਗਾ ਕਾਲੇ ਰੰਗ ਦਾ ਇਹ ਮੁਰਗਾ ਕਾਫੀ ਚਰਚਾ ਦੇ ਵਿੱਚ ਹੈ ਇਸ ਵੇਲੇ ਤੇ ਅਸੀਂ ਇਸ ਬਾਰੇ ਜਾਣਕਾਰੀ ਲੈਣ ਵਾਸਤੇ ਕਿ ਅਸੀਂ ਜੇ ਕਿੱਤਾ ਕਰਨਾ ਹੋਏ ਸਾਡੇ ਕਿਸਾਨ ਵੀਰਾਂ ਨੇ ਕਿਵੇਂ ਕੀਤਾ ਜਾ ਸਕਦਾ ਹੈ ਇਹਦੇ ਸੰਬੰਧੀ ਕੋਈ ਭਰਮ ਭ੍ਰਾਂਤੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਗੱਲ ਕਰਨ ਵਾਸਤੇ ਆਏ ਆ ਗੁਰੂ ਅੰਗਦ ਦੇ ਵੈਟਰੀ ਤੇ ਐਨੀਮਲ ਸਾਇੰਸ ਇੰਸਟੀਟਿਊਟ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਅਰਣਵੀਰ ਸਿੰਘ ਜੀ ਜਿਹੜੇ ਕਿ ਇਸ ਕੜਕਨਾਥ ਮੁਰਗੇ ਸੰਬੰਧੀ ਸਾਨੂੰ ਜੜਾ ਉਹ ਜਾਣਕਾਰੀ ਦੇਣਗੇ ਕਿ ਅਸੀਂ ਕਿਸ ਤਰੀਕੇ ਨਾਲ ਇਸ ਮੁਰਗੇ ਦਾ ਕਿੱਤਾ ਕਰਨਾ ਹੋਏ ਜਾਂ ਇਸ ਮੁਰਗੇ ਸੰਬੰਧੀ ਕਿਸ ਤਰੀਕੇ ਨਾਲ ਰੱਖ-ਰਖਾ ਦੇ ਪ੍ਰਬੰਧ ਕਰਨੇ ਹੋਣ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਕੜਕਨਾਥ ਮੁਰਗਾ ਉਹ ਬਹੁਤ ਲੋਕੀ ਜਿਹੜੇ ਉਹਨਾਂ ਦੀ ਜ਼ੁਬਾਨ ਤੇ ਆ ਇਸ ਲਈ ਨਾ ਉਹਦਾ ਕਿਉਂਕਿ ਇਹ ਇੱਕ ਵੱਖਰੀ ਭਾਂ ਦਾ ਕਾਲੇ ਰੰਗ ਦਾ ਜਿਹੜਾ ਮੁਰਗਾ ਹੁੰਦਾ ਤਾਂ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਸਾਡੇ ਜਿਹੜੇ ਫਾਰਮੀ ਮੁਰਗੇ ਉਹ ਛਟੇ ਰੰਗ ਦੇ ਹੁੰਦੇ ਆ ਜੀ ਕੋਸਮੰਦੀ ਤੁਸੀਂ ਥੋੜਾ ਦੱਸੋ ਕਿ ਇਹ ਪਹਿਲਾਂ ਬਹੁਤਾ ਨਹੀਂ ਸੀ ਵੇਖਿਆ ਜਾਂਦਾ ਕਿ ਇਹ ਦਾ ਕੋ ਪਿਛੋਕੜ ਜਾਂ ਕਿਸੇ ਹੋਰ ਥਾਂ ਆਇਆ ਹੋਏ ਕਿ ਕੀ ਇਹਦੇ ਪਿੱਛੇ ਜਿਹੜੀ ਆ ਪਿਠ ਭੂਮੀ ਕੀ ਆ ਇਸ ਮੁਰਗੇ ਦੇ ਬਾਰੇ ਸਾਨੂੰ ਉਹ ਜਾਣਕਾਰੀ ਦਿਓ ਜੀ ਕਣਕਨਾਥ ਮੁੱਖ ਤੌਰ ਦੇ ਉੱਤੇ ਮੱਧ ਪ੍ਰਦੇਸ਼ ਰਾਜ ਦੀ ਨਸਲ ਹੈ ਉੱਥੇ ਵੀ ਇਹ ਧਾਰ ਤੇ ਚਬੂਆ ਦੋ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਉਸ ਤੋਂ ਬਾਅਦ ਇਹ ਨਸਲ ਹੋਰ ਵੀ ਰਾਜਾਂ ਦੇ ਵਿੱਚ ਫੈਲ ਗਈ ਰਾਜਸਥਾਨ ਉੱਤਰ ਪ੍ਰਦੇਸ਼ ਤੇ ਹਰਿਆਣਾ ਪੰਜਾਬ ਹੁਣ ਇਹ ਸਾਰੇ ਰਾਜਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਕਿਤੇ ਇਸ ਨਸਲ ਨੂੰ ਹੁਣ ਰੱਖਿਆ ਜਾ ਰਿਹਾ ਹੈ ਪਰ ਕੜਕਨਾਥ ਨੂੰ ਮੁੱਖ ਤੌਰ ਦੇ ਉੱਤੇ ਧਾਰ ਤੇ ਚਬੂਆ ਦੇ ਵਿੱਚ ਕਬਾਈਲੀ ਤੇ ਆਦੀਵਾਸੀ ਭਾਈਚਾਰੇ ਦੇ ਲੋਕਾਂ ਨੇ ਪਾਲਿਆ ਕਈ ਸਦੀਆਂ ਤੱਕ ਉਹ ਇਸ ਦੇ ਉੱਤੇ ਕੰਮ ਕਰਦੇ ਰਹੇ ਹੌਲੀ-ਹੌਲੀ ਇਸ ਦੇ ਗੁਣਾਂ ਦੇ ਉੱਤੇ ਉਹਨਾਂ ਨੇ ਕੰਮ ਕਰਦੇ ਹੋਏ ਕੁਝ ਇਸ ਤਰ੍ਹਾਂ ਦੇ ਪੰਛੀ ਚੁਣ ਲਏ ਜਿਨ੍ਹਾਂ ਦੇ ਵਿੱਚ ਇਸ ਰੂਪ ਦੇ ਵਿੱਚ ਆਪਾਂ ਕੜਕਨਾਥ ਨੂੰ ਅੱਜਕੱਲ ਦੇਖ ਰਹੇ ਹਾਂ ਉਹ ਸਾਰੇ ਗੁਣ ਸ਼ਾਮਿਲ ਹੋ ਗਏ ਨੇ ਡਾਕਟਰ ਸਾਹਿਬ ਜਦੋਂ ਆਪਾਂ ਇਸ ਕੜਕਨਾਥ ਮੁਰਗੇ ਦੀ ਗੱਲ ਕਰਦੇ ਹਾਂ ਤੇ ਵੇਖੋ ਜਦੋਂ ਵੀ ਕੋਈ ਇਹੋ ਜਿਹੀ ਕਿਸਮ ਹੁੰਦੀ ਆ ਉਹਦੇ ਚ ਅੱਗੋਂ ਵੱਖੋ-ਵੱਖਰੀਆਂ ਜਿਹਨੇ ਕਿਸਮਾਂ ਪਾਈਆਂ ਜਾਂਦੀਆਂ ਕਿ ਨਸਲ ਦੀਆਂ ਅੱਗੋਂ ਕਿਸਮਾਂ ਜਿਹੜੀਆਂ ਹੁੰਦੀਆਂ ਨੇ ਕਿ ਇਹਦੇ ਵਿੱਚ ਵੀ ਕੋਈ ਜਿਹੜੀਆਂ ਵੱਖੋ-ਵੱਖਰੀਆਂ ਜਿਹੜੀਆਂ ਕਿਸਮਾਂ ਪਾਈਆਂ ਜਾਂਦਾ ਨਾ ਕਿ ਜੇ ਕੜਕਨਾਥ 'ਚ ਇਹ ਹੈਗਾ ਤਾਂ ਇੱਕੋ ਨਸਲ ਵਿੱਚ ਇੱਕੋ ਕਿਸਮ ਦੇ ਵਿੱਚ ਪਾਇਆ ਜਾਂਦਾ ਹੈ ਕੜਕਨਾਥ ਦੀ ਮੁੱਖ ਵਿਸ਼ੇਸ਼ਤਾ ਇਹਦੇ ਸਰੀਰ ਦੇ ਰੰਗ ਦੇ ਵਿੱਚ ਹੁੰਦੀ ਹੈ। ਇਹਦੀ ਕਲਗੀ, ਚੁੰਝ, ਚਮੜੀ, ਲੱਤਾਂ ਤੇ ਪੰਜੇ ਇਹ ਸਾਰੇ ਕਾਲੇ ਰੰਗ ਦੇ ਹੁੰਦੇ ਨੇ। ਪਰ ਇਸ ਤੋਂ ਬਾਅਦ ਇਹਦੇ ਖੰਭਾਂ ਦੇ ਰੰਗਾਂ ਦੇ ਕਰਕੇ ਇਹਦੀਆਂ ਵੀ ਅੱਗੇ ਤਿੰਨ ਕਿਸਮਾਂ ਨੂੰ ਪਛਾਣਿਆ ਜਾ ਸਕਦਾ ਹੈ। ਪਹਿਲੀ ਕਿਸਮ ਹੋ ਜਾਂਦੀ ਹੈ ਕਾਲੀ ਜਿਸਦੇ ਵਿੱਚ ਕਿ ਪੂਰੇ ਸਰੀਰ ਦੇ ਖੰਭ ਕਾਲੇ ਰੰਗ ਦੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਖੂਬਸੂਰਤ ਚਮਕ ਵੀ ਹੁੰਦੀ ਹੈ। ਉਸ ਤੋਂ ਬਾਅਦ ਦੂਜੀ ਕਿਸਮ ਪੈਨਸਲ ਜਿਦੇ ਵਿੱਚ ਇਹਨਾਂ ਦੀ ਗਰਦਨ ਤੇ ਸਿਰ ਦੇ ਉੱਤੇ ਖੰਭਾਂ ਦੇ ਰੰਗ ਦੇ ਵਿੱਚ ਚਟਾ ਰੰਗ ਵੀ ਦੇਖਣ ਨੂੰ ਮਿਲਦਾ ਹੈ ਜੀ ਤੇ ਆਖਰੀ ਕਿਸਮ ਇਹਨਾਂ ਦੀ ਸੁਨਹਿਰੀ ਜਾਂ ਗੋਲਡਨ ਹੈ ਜਿਦੇ ਵਿੱਚ ਕਿ ਸਿਰ ਤੇ ਗਰਦਨ ਇਹਨਾਂ ਦੋਨਾਂ ਦੇ ਉੱਪਰ ਖੰਭਾਂ ਦੇ ਵਿੱਚ ਕੁਝ ਸੁਨਹਿਰੀ ਰੰਗ ਦੇ ਖੰਭ ਵੀ ਦੇਖਣ ਨੂੰ ਮਿਲਦੇ ਨੇ ਡਾਕਟਰ ਅਰਨਵੀਰ ਜੀ ਜਿਵੇਂ ਤੁਸੀਂ ਦੱਸਿਆ ਕਿ ਤਿੰਨ ਜਿਹੜੀਆਂ ਅਗੋਂ ਇਸ ਨਸਲ ਦੇ ਵਿੱਚ ਕਿਸਮਾਂ ਦੀਆਂ ਪਾਈਆਂ ਜਾਂਦੀਆਂ ਜੀ ਤੇ ਹੁਣ ਜਦੋਂ ਪੰਜਾਬ 'ਚ ਇਹਦਾ ਪ੍ਰਚਲਨ ਹੁੰਦਾ ਹੈ ਕੀ ਪੰਜਾਬ ਦੇ ਵਿੱਚ ਇਹ ਤਿੰਨੋਂ ਜਿਹੜੀਆਂ ਕਿਸਮਾਂ ਨੇ ਉਹ ਵਰਤੀਆਂ ਜਾ ਰਹੀਆਂ ਐ ਪਾਲੀਆਂ ਜਾ ਰਹੀਆਂ ਐ ਕਿ ਇਹਨਾਂ ਚ ਕੋਈ ਖਾਸ ਵਿਸ਼ੇਸ਼ ਕਿਸਮ ਐ ਜਿਹੜੀ ਜਿਹੜੀ ਪੰਜਾਬ ਦੇ ਵਿੱਚ ਪਾਲੀ ਜਾ ਰਹੀ ਇਹਨਾਂ ਤਿੰਨਾਂ ਕਿਸਮਾਂ ਦੇ ਵਿੱਚੋਂ ਕੁਦਰਤੀ ਤੌਰ ਦੇ ਉੱਤੇ ਹੀ ਕਾਲੀ ਕਿਸਮ ਸਭ ਤੋਂ ਜ਼ਿਆਦਾ ਪਾਈ ਜਾਂਦੀ ਐ ਇਸ ਕਰਕੇ ਇਹ ਕਾਲੀ ਕਿਸਮ ਮੇਂ ਜ਼ਿਆਦਾਤਰ ਫਾਰਮਾਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਐ 골ਡਨ ਜਾਂ ਸੁਨਹਿਰੀ ਤੇ ਪੈਂਸਲ ਕਿਸਮ ਇਹ ਵੈਸੇ ਹੀ ਕੁਦਰਤੀ ਤੌਰ ਤੇ ਬਹੁਤ ਥੋੜੇ ਨੰਬਰਾਂ ਦੇ ਵਿੱਚ ਆਪਾਂ ਨੂੰ ਇਹ ਪੰਛੀ ਮਿਲਦੇ ਨੇ ਉਸੇ ਕਰਕੇ ਇਹਨਾਂ ਦਾ ਅੱਗੇ ਵੀ ਪਾਲਣ ਦਾ ਕੰਮ ਬਹੁਤ ਥੋੜਾ ਜਦੋਂ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿਹੜੇ ਇਹ ਪ੍ਰਚਲਨ ਦੇ ਵਿੱਚ ਨੇ ਇਸ ਵੇਲੇ ਤੇ ਕਈ ਵਾਰ ਕਿਸੇ ਪੰਛੀ ਨੂੰ ਇਹੋ ਜੀ ਨਸਲ ਨੂੰ ਪਾਲਣਾ ਉਹਦੇ ਸਬੰਧੀ ਸਾਨੂੰ ਇਹ ਵੇਖਣ ਦੀ ਲੋੜ ਪੈਂਦੀ ਆ ਕਿ ਕੀ ਇੱਥੋਂ ਦੇ ਵਾਤਾਵਰਣ ਜਿਹੜਾ ਇਥੋਂ ਦਾ ਜਲ ਪਾਣੀ ਆ ਉਹਦੇ ਮੁਤਾਬਕ ਜਿਹੜਾ ਇਥੇ ਇਹ ਟਿਕ ਸਕਦੇ ਨੇ ਨਹੀਂ ਟਿਕ ਸਕਦੇ ਉਸ ਬੰਦੀ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਕੜਕਨਾਥ ਕੁਦਰਤੀ ਤੌਰ ਦੇ ਉੱਤੇ ਗਰਮੀ ਦੇ ਵਿੱਚ ਰਹਿਣ ਵਾਲੀ ਕਿਸਮ ਹੈ ਜਿਹੜੀ ਕਿ ਗਰਮ ਮੌਸਮ ਨੂੰ ਸਹਾਰ ਸਕਦੀ ਹੈ ਖੁਰਾਕ ਦੀ ਥੋੜ ਦੇ ਵਿੱਚ ਵੀ ਇਹ ਕਾਮਯਾਬ ਹੈ ਤੇ ਇਸ ਢੰਗ ਦੇ ਨਾਲ ਵੀ ਇਹ ਰੱਖੀ ਜਾ ਸਕਦੀ ਹੈ ਕਿ ਜਦੋਂ ਕਿਸਾਨ ਕੋਲੇ ਇਹਦੀ ਰਿਹائش ਵਾਸਤੇ ਬਹੁਤ ਵਧੀਆ ਪ੍ਰਬੰਧ ਨਾ ਹੋਣ ਤਾਂ ਇਹ ਇੱਕ ਸਖਤ ਜਾਨ ਕਿਸਮ ਹੈ ਕੜਕਨਾਥ ਜਿਹੜੀ ਔਖੇ ਸੌਖੇ ਹਰੇਕ ਤਰ੍ਹਾਂ ਦੇ ਮੌਸਮ ਦੇ ਵਿੱਚ ਹਰੇਕ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਪਾਲੀ ਜਾ ਸਕਦੀ ਹੈ ਕੁਦਰਤੀ ਖੇਤੀ ਦੇ ਵਿੱਚ ਜੈਵਿਕ ਖੇਤੀ ਦੇ ਵਿੱਚ ਸੰਗਠਿਤ ਖੇਤੀ ਦੇ ਵਿੱਚ ਤੇ ਬੈਕ ਆਰਟ ਸਿਸਟਮ ਇਹ ਸਾਰੇ ਪੱਖਾਂ ਦੇ ਵਿੱਚ ਹੀ ਮੁਰਗੀ ਪਾਲਣ ਕੀਤਾ ਜਾ ਸਕਦਾ ਹੈ ਤੇ ਕੜਕਨਾਥੇ ਨਾ ਸਾਰਿਆਂ ਦੇ ਵਿੱਚ ਹੀ ਕਾਮਯਾਬ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਬੜੀਆਂ ਨਵੇਕੀਆਂ ਪਲਾਂਘਾਣੀਆਂ ਪੁੱਟਣ ਵਾਲਾ ਕਿਸਾਨ ਆ ਜੀ ਉਹ ਨਵੇਂ ਤਜਰਬੇ ਜਿਹੜੇ ਕਰਨ ਦੇ ਵਿੱਚ ਬੜਾ ਜਿਹੜਾ ਵਾ ਉਹ ਰੁਚੀ ਰੱਖਦਾ ਹੈ ਪਰ ਕਈ ਵਾਰ ਹੁੰਦਾ ਕੀ ਆ ਜਦੋਂ ਤੁਸੀਂ ਇਹੋ ਜਿਹੇ ਤਜਰਬੇ ਕਰਦੇ ਜੇ ਤਾਂ ਤੁਹਾਨੂੰ ਉਹ ਚ ਕਈ ਵਾਰ ਨੁਕਸਾਨ ਜਿਹੜੇ ਝੱਲਣੇ ਪੈਂਦੇ ਆ ਕਈ ਵਾਰ ਤੁਹਾਨੂੰ ਉਹਦੀ ਪਿੱਠ ਭੂਮੀ ਨਹੀਂ ਪਤਾ ਹੁੰਦੀ ਅਸੀਂ ਉਹ ਚੀਜ਼ ਪਾਲ ਲੈਨੇ ਆ ਇਹੋ ਜਿਹਾ ਇੱਕ ਬਹੁਤ ਸਾਲ ਪਹਿਲਾਂ ਜਿਹੜਾ ਈਮੂ ਪਾਲਣ ਦੇ ਸਿਲਸਿਲੇ ਦੇ ਵਿੱਚ ਹੀ ਹੋ ਚੁੱਕਾ ਹੈ ਉਸ ਪੱਖੋਂ ਮੈਂ ਜਿਹੜੀ ਉਹ ਪੁਰਾਣੀ ਗੱਲ ਯਾਦ ਕਰਕੇ ਹੋਏ ਕਿ ਸਾਡੇ ਕਿਸਾਨ ਵੀਰ ਕਿਸੇ ਧੋਖੇ 'ਚ ਨਾ ਹੋਣ ਕਿਸੇ ਭਰਮ 'ਚ ਨਾ ਰਹਿ ਜਾਣ ਕੀ ਇਸ ਮੁਰਗੇ ਸਬੰਧੀ ਜਿਹੜਾ ਵਾ ਜੇ ਅਸੀਂ ਇਹਨੂੰ ਪਾਲਣਾ ਹੋਏ ਤਾ ਉਸ ਬੰਦੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹਨੂੰ ਕਿਸ ਕਿਸ ਪੱਧਰ ਦੇ ਉੱਤੇ ਜਿਹੜਾ ਵਾ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ਿਆਦਾ ਮੁਰਗੇ ਲਿਆ ਕੇ ਜ਼ਿਆਦਾ ਚੂਚੇ ਲਿਆ ਕੇ ਕਿਸੇ ਹੋਰ ਜਿਹੜਾ ਵਾ ਉਲਝਣ ਦੇ ਵਿੱਚ ਨਾ ਫਸੇ ਉਸ ਪੱਖੋਂ ਜਿਹੜਾ ਚਾਹਣਾ ਪਵੇ ਕੜਕਨਾਥ ਦੀ ਵਿਸ਼ੇਸ਼ਤਾ ਹੋਣ ਕਰਕੇ ਇਹਦੇ ਰੰਗ ਰੂਪ ਦਾ ਸੋਹਣਾ ਹੋਣ ਕਰਕੇ ਕਈ ਲੋਕਾਂ ਦੇ ਵਿੱਚ ਕੜਕਨਾਥ ਪਾਲਣ ਦੀ ਰੁਚੀ ਵਧ ਗਈ ਹੈ ਜਿਵੇਂ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਆ ਸਰ ਕਿ ਆਪਾਂ ਵੱਖ-ਵੱਖ ਕਿਸਮਾਂ ਵੱਖ-ਵੱਖ ਕਿਸਮ ਦੀ ਖੇਤੀ ਨੂੰ ਕਰਨ ਦੇ ਵਿੱਚ ਰੁਚੀ ਰੱਖਦੇ ਆ ਜੀ ਤਾਂ ਉੱਥੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਵੀ ਕੋਈ ਨਵੀਂ ਖੇਤੀ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਕਾਫੀ ਸਾਰੇ ਵਪਾਰੀ ਵੀ ਪਹੁੰਚ ਜਾਂਦੇ ਨੇ ਵਪਾਰੀ ਦਾ ਆਪਣਾ ਹਿੱਤ ਹੁੰਦਾ ਉਸਨੇ ਆਪਣੇ ਕੰਮ ਤੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਥੋੜੇ ਸਮੇਂ ਦੇ ਵਿੱਚ ਕਮਾਉਣਾ ਹੁੰਦਾ ਹੈ। ਇਹੀ ਚੀਜ਼ ਕੜਕਨਥ ਪਾਲਣ ਦੇ ਵਿੱਚ ਵੀ ਦੇਖਣ ਵਿੱਚ ਸਾਹਮਣੇ ਆਈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਕੜਕਨਾਥ ਮੁ르ਗੀਆਂ ਦਾ ਪਾਲਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਇਹਦੀਆਂ ਵਿਸ਼ੇਸ਼ਤਾਵਾਂ ਨੂੰ ਮੁੱਖ ਰੱਖਦੇ ਹੋਏ ਤੇ ਕਬਾਈਲੀ ਇਲਾਕਿਆਂ ਦੇ ਵਿੱਚ ਸਿਹਤ ਪ੍ਰਬੰਧ ਲਈ ਇਹਨਾਂ ਦੀ ਵਰਤੋਂ ਨੂੰ ਮੁੱਖ ਰੱਖਦੇ ਹੋਏ ਇਸ ਮੁਰਗੀ ਪਾਲਣ ਨੂੰ ਅੱਗੇ ਵਧਾਉਣ ਵਾਸਤੇ ਕਿਸਾਨ ਵੀਰਾਂ ਨੂੰ ਸੱਦਾ ਦਿੱਤਾ ਤੇ ਮੁਰਗੀ ਦੀ ਕੀਮਤ ਕਾਫੀ ਰੱਖੀ ਗਈ तकरीबन 1000 ਰੁਪਏ ਤੱਕ ਮੁਰਗੀ ਦਾ ਰੇਟ ਰਿਹਾ 150-200 ਰੁਪਏ ਤੱਕ ਇਹਦੇ ਚੂਚੇ ਵਿਕਦੇ ਰਹੇ ਤੇ 50 ਤੋਂ 100 ਰੁਪਏ ਤੱਕ ਅੰਡੇ ਦੀ ਵੀ ਕੀਮਤ ਦੱਸੀ ਗਈ ਕਿਸਾਨ ਵੀਰਾਂ ਨੇ ਸ਼ੁਰੂ ਦੇ ਵਿੱਚ ਇਸ ਧੰਦੇ ਨੂੰ ਅਪਣਾਉਣ ਵਾਸਤੇ ਵੱਡੀ ਰਕਮ ਕੜਕਨਾਥ ਮੁਰਗੀ ਪਾਲਣ ਦੇ ਵਿੱਚ ਇਨਵੈਸਟ ਕਰਤੀ ਪਰ ਇਸ ਨਿਵੇਸ਼ ਤੋਂ ਉਹਨਾਂ ਨੂੰ ਵਾਪਸ ਉਹ ਫਾਇਦਾ ਨਹੀਂ ਮਿਲਿਆ ਜਿਹੜਾ ਕਿ ਉਹ ਚਾਹੁੰਦੇ ਸੀਗੇ ਉਹਦਾ ਕਾਰਨ ਇਹ ਸੀ ਕਿ ਵਪਾਰੀਆਂ ਨੇ ਤਾਂ ਬਹੁਤ ਵੱਡੇ ਰੇਟ ਦੇ ਉੱਤੇ ਇਹ ਮੁਰਗੀਆਂ ਸੇਲ ਕਰਤੀਆਂ ਪਰ ਅੱਗੋਂ ਜਿਹੜਾ ਆਮ ਗਾਹਕ ਹੈ ਉਹ 5 ਹੱਕ ਇੱਕ ਮੁਰਗੀ ਦੇ ਉੱਤੇ 1000 ਰੁਪਿਆ ਲਾਉਣ ਦੇ ਵਿੱਚ ਸੰਕੋਚ ਕਰਦਾ ਹੈ ਤਾਂ ਉੱਥੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਕੜਕਨਾਥ ਮੁਰਗੀ ਪਾਲਣ ਦੇ ਕਿਸੇ ਕਿਸਾਨ ਸਾਥੀ ਨੇ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਇਹਨੂੰ ਬੈਕਯਾਰਡ ਦੇ ਵਿੱਚ ਸ਼ੁਰੂ ਕੀਤਾ ਜਾਵੇ ਬੈਕਯਾਰਡ ਦਾ ਮਤਲਬ ਕਿ ਆਪਾਂ 20 ਤੋਂ 50 ਮੁਰਗੀਆਂ ਤੋਂ ਇਸ ਕੰਮ ਨੂੰ ਸ਼ੁਰੂ ਕਰੀਏ ਇਹਨੂੰ ਤਕਰੀਬਨ 1 ਸਾਲ ਤੱਕ ਪਾਲੀਏ ਛੋਟੇ ਪੱਧਰ ਤੇ ਆਪਣੇ ਘਰ ਦੇ ਪਿਛਵਾੜੇ 'ਚ ਕੋਈ ਛੋਟਾ ਮੋਟਾ ਬਾੜਾ ਬਣਾ ਕੇ ਬਿਲਕੁਲ ਅੱਛਾ ਜੀ ਜੇ ਆਪਾਂ 50 ਮੁਰਗੀਆਂ ਰੱਖਣੀਆਂ ਚਾਹੁੰਦੇ ਆ ਤਾਂ ਉਹਦੇ ਲਈ ਤਕਰੀਬਨ 100 ਤੋਂ 150 ਸਕਰ ਫੁੱਟ ਜਗ ਉਹਦੇ ਵਿੱਚ ਆਪਾਂ ਇਹਨਾਂ ਮੁਰਗੀਆਂ ਨੂੰ ਪਾਲ ਸਕਦੇ ਆ ਤੇ ਇਹਨਾਂ ਨੂੰ ਇੱਕ ਸਾਲ ਤੱਕ ਪਾਲਦੇ ਹੋਏ ਆਪਾਂ ਨੂੰ ਇਹਨਾਂ ਦੀ ਖੁਰਾਕ ਪ੍ਰਬੰਧ ਇਹਨਾਂ ਦੇ ਅੰਡਿਆਂ ਦੀ ਪੈਦਾਵਾਰ ਮੀਟ ਦੀ ਪੈਦਾਵਾਰ ਤੇ ਮੰਡੀਕਰਨ ਬਾਰੇ ਪੂਰੀ ਜਾਣਕਾਰੀ ਹੋ ਜਾਵੇਗੀ ਜੀ ਦੂਸਰਾ ਇਹ ਹੈ ਕਿ ਜੇ ਕਿਸੇ ਕਿਸਾਨ ਸਾਥੀ ਦੇ ਆਸ-ਪਾਸ ਕਿਸੇ ਹੋਟਲ ਰੈਸਟੋਰੈਂਟ ਉਹਨਾਂ ਵੱਲੋਂ ਇਸ ਮੁਰਗੀ ਦੀ ਜਾਂ ਇਹਦੇ ਮੀਟ ਦੀ ਕਾਫੀ ਡਿਮਾਂਡ ਹੈ ਮੰਗ ਹੈ ਤਾਂ ਫਿਰ ਇਹਨੂੰ ਥੋੜੇ ਹੋਰ ਵੱਡੇ ਪੱਧਰ ਦੇ ਉੱਤੇ ਵੀ ਕੀਤਾ ਜਾ ਸਕਦਾ ਹੈ ਪਰ ਮੈਂ ਹੀ ਕਹੂੰਗਾ ਦੁਬਾਰੇ ਕਿ ਬੈਕਯਾਰਡ ਸਿਸਟਮ ਦੇ ਵਿੱਚ ਪਹਿਲਾਂ ਇਹਨੂੰ ਪਾਲਿਆ ਜਾਵੇ ਇਹਦੀ ਖੁਰਾਕ ਦੀ ਲੋੜ ਚਾਂਡਿਆਂ ਦੀ ਪੈਦਾਵਾਰ ਤੇ ਮੀਟ ਦੀ ਪੈਦਾਵਾਰ ਨੂੰ ਸਮਝਿਆ ਜਾਵੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਜਾਵੇ ਕਿ ਕੀ ਅਸੀਂ ਇਸ ਨੂੰ ਵੱਡੇ ਪੱਧਰ ਉੱਤੇ ਕਰਨਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਇਹਨੂੰ ਕੁਦਰਤੀ ਖੇਤੀ ਜਾਂ ਸੰਗਠਿਤ ਖੇਤੀ ਪ੍ਰਣਾਲੀ ਦੇ ਅਧੀਨ ਛੋਟੇ ਪੱਧਰ ਦੇ ਉੱਤੇ ਬਾਕੀ ਖੇਤੀਆਂ ਦੇ ਨਾਲ ਹੀ ਇਹਨੂੰ ਕਾਮਯਾਬ ਕਰਨਾ ਚਾਹੁੰਦੇ ਹਾਂ ਸਾਡੇ ਕੋਲ ਸੋਸ਼ਲ ਮੀਡੀਆ ਤੇ ਬਹੁਤ ਕੁਸ਼ੇਹ ਹੋ ਜਾ ਪ੍ਰਚਾਰ ਆ ਜਾਂਦਾ ਹੈ ਜਿਹੜਾ ਨਾ ਕੋਈ ਵਿਗਿਆਨਕ ਤੱਥਾਂ ਦੇ ਉੱਤੇ ਹੁੰਦਾ ਹੈ ਤੇ ਨਾ ਹੀ ਜੇ ਅਸੀਂ ਉਹਦੀ ਪਰਚੋਲ ਕਰਨ ਜਾਈਏ ਤਾਂ ਉਹ ਚੋ ਸਚਾਈ ਨਿਕਲਦੀ ਆ ਜੀ ਹੁਣ ਕੜਕਨਾਠ ਬਾਰੇ ਵੀ ਕਈ ਇਹੋ ਜਿਹੇ ਸਿਹਤ ਫਾਇਦੇ ਜਿਹੜੇ ਆ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਆ ਕਿ ਇਹਦੇ ਨਾਲ ਬੀਪੀ ਜਿਹੜਾ ਜੀ ਉਹਦੇ ਤੇ ਫਰਕ ਪੈਂਦਾ ਏ ਇਹ ਤੁਹਾਨੂੰ ਕੋਈ ਹਾਰਟ ਦੀ ਡਿਜ਼ੀਜ਼ ਜਿਹੜੀ ਆ ਉਹਦੇ ਵਾਸਤੇ ਜਿਹੜਾ ਫਾਇਦੇਮੰਦ ਦਿੰਦਾ ਏ ਇਸ ਪੱਖੋਂ ਜਿਹੜਾ ਵਾ ਕੀ ਤੁਹਾਡੀ ਕੋਈ ਖੋਜ ਯੂਨੀਵਰਸਿਟੀ ਦੀ ਜਾਂ ਇਸ ਟੀਕੇ ਦਾ ਕੋਈ ਸਾਹਿਤ ਮਿਲਦਾ ਹੋਵੇ ਜਿੱਤੋਂ ਪਤਾ ਲੱਗ ਸਕੇ ਕਿ ਇਹ ਚੀਜ਼ਾਂ ਚ ਕੋਈ ਫਾਇਦਾ ਮਿਲਦਾ ਹੈ ਕਿ ਇਹ ਵੀ ਇੱਕ ਆਮ ਦੂਸਰੇ ਜਿਹੜੇ ਮੀਟ ਉਹਨਾਂ ਵਾਂਗੂ ਇੱਕ ਸਧਾਰਨ ਮੀਟ ਹੈ ਜੀ ਕੜਕਨਾਥ ਮੁਰਗੀ ਦੇ ਮੀਟ ਦੇ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਦੇ ਵਿੱਚ ਲਗਭਗ 21 ਤੋਂ ਲੈ ਕੇ 25% ਤੱਕ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ ਜੀ ਪਰ ਜੇ ਆਪਾਂ ਮਾਹਿਰਾਂ ਦੇ ਨਾਲ ਗੱਲ ਕਰਦੇ ਹਾਂ ਫੂਡ ਪ੍ਰੋਸੈਸਿੰਗ ਦੇ ਵਿੱਚ ਆਪਾਂ ਮਾਹਿਰਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਉੱਥੋਂ ਇਹ ਸਾਹਮਣੇ ਆਉਂਦਾ ਹੈ ਕਿ 20 ਤੋਂ 22% ਤੱਕ ਤਾਂ ਕਿਸੇ ਵੀ ਮੁਰਗੀ ਦੇ ਮੀਟ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ ਠੀਕ ਹੈ ਜੀ ਤਾਂ 100 ਗ੍ਰਾਮ ਪਿੱਛੇ ਲਗਭਗ 1 ਤੋਂ 2 ਗ੍ਰਾਮ ਜਾਂ 1 ਤੋਂ 2% ਦਾ ਹੀ ਫਰਕ ਆਪਾਂ ਨੂੰ ਦੇਖਣ ਨੂੰ ਮਿਲਿਆ ਜੀ ਤਾਂ ਉੱਥੇ ਇਹਦਾ ਕੋਈ ਖਾਸ ਫਾਇਦਾ ਆਪਾਂ ਨੂੰ ਨਹੀਂ ਮਿਲਦਾ ਜੇ ਕੋਈ ਲਗਾਤਾਰ ਮੀਟ ਦਾ ਸੇਵਨ ਕਰਦਾ ਹੈ ਤਾਂ ਬੜੇ ਲੰਬੇ ਸਮੇਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਫਰਕ ਆਪਾਂ ਨੂੰ ਪ੍ਰੋਟੀਨ ਦੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਤਾਂ ਆਮ ਮੀਟ ਦੇ ਵਰਗਾ ਹੀ ਇਸ ਦਾ ਮੀਟ ਹੁੰਦਾ ਹੈ ਬਸ ਇਸ ਦੇ ਵਿੱਚ ਮੈਲਨਨ ਪਿਗਮੈਂਟ ਜ਼ਿਆਦਾ ਹੁੰਦਾ ਹੈ ਤੇ ਇਹਦੇ ਨਾਲ ਇਹਦੇ ਵਿੱਚ ਫੈਟ ਪਰਸੈਂਟੇਜ ਥੋੜੀ ਜੀ ਘੱਟ ਪਾਈ ਗਈ ਹੈ ਸਾਹਿਤ ਦੇ ਵਿੱਚ ਵੀ ਇਸ ਚੀਜ਼ ਨੂੰ ਦਰਜ ਕੀਤਾ ਜਾ ਚੁੱਕਿਆ ਹੈ ਪਰ ਇਹਦੇ ਨਾਲ ਜਿਹੜੀਆਂ ਧਾਰਨਾਵਾਂ ਜੁੜੀਆਂ ਨੇ ਉਹ ਮੁੱਖ ਤੌਰ ਦੇ ਉੱਤੇ ਕਬਾਈਲੀ ਇਲਾਕਿਆਂ ਦੇ ਵਿੱਚ ਜੋ ਉਹਨਾਂ ਦੇ ਖਾਣ ਪੀਣ ਦਾ ਤਰੀਕਾ ਹੈ ਉੱਥੋਂ ਹੀ ਸਾਹਮਣੇ ਆਈਆਂ ਨੇ ਕਿ ਉਹ ਦਿਲ ਦੇ ਰੋਗਾਂ ਦੀਆਂ ਬਿਮਾਰੀਆਂ ਜਾਂ ਦਿਲ ਦੇ ਰੋਗਾਂ ਦੇ ਨਾਲ ਜਿਹੜੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਸ ਦਾ ਇਸਤੇਮਾਲ ਕਰਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਕਿਸੇ ਇੱਕ ਇਲਾਕੇ ਦੇ ਵਿੱਚ ਪਾਈਆਂ ਜਾ ਸਕਦੀਆਂ ਹਨ ਦੂਸਰਿਆਂ ਦੇ ਵਿੱਚ ਇਹ ਨਹੀਂ ਵੀ ਹੋ ਸਕਦੀਆਂ ਤਾਂ ਉੱਥੋਂ ਆਪਾਂ ਪੁਖਤਾ ਤੌਰ ਦੇ ਉੱਤੇ ਤਾਂ ਇਹ ਨਹੀਂ ਕਹਿ ਸਕਦੇ ਕਿ ਦਿਲ ਦੇ ਰੋਗਾਂ ਨੂੰ ਕੜਕਨਾਥ ਮੁਰਗੀ ਦਾ ਮੀਟ ਹੁਣ ਤੋਂ ਰੋਕ ਲੈਂਦਾ ਪਰ ਕਬਾਈਲੀ ਇਲਾਕਿਆਂ ਦੇ ਵਿੱਚ ਜ਼ਰੂਰ ਇਸ ਦਾ ਸੇਵਨ ਇਸ ਪੱਖ ਤੋਂ ਹੀ ਕੀਤਾ ਜਾਂਦਾ ਹੈ ਡਾਕਟਰ ਅੰਮ੍ਰਿਤਜੀ ਹੋ ਸਕਦਾ ਕਿ ਜਿਹੋ ਜਆ ਤੁਸੀਂ ਕੁਬਾਈਲੀ ਇਲਾਕਿਆਂ ਦੀ ਗੱਲ ਕਰ ਰਹੇ ਆ ਆਦੀਵਾਸੀਆਂ ਦੀ ਗੱਲ ਕਰੇ ਉਹਨਾਂ ਦੀ ਮਿਹਨਤ ਮੁਸ਼ਕਲ ਵੀ ਤੇ ਸਾਡੇ ਤੋਂ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਇਸ ਕਿਸਮ ਦੀਆਂ ਬਿਮਾਰੀਆਂ ਸ਼ਾਇਦ ਹੋ ਸਕਦਾ ਉਸ ਉਂਝ ਵੀ ਘੱਟ ਲੱਗਦੀਆਂ ਹੋਣ ਪਰ ਕਿਉਂਕਿ ਸਾਡੇ ਇੱਥੇ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਆ ਜਿਹਦੇ ਵਿੱਚ ਅਸੀਂ ਮਿਹਨਤ ਮੁਸ਼ਕਲ ਜਿਹੜੀ ਆ ਉਹ ਕਰਨੀ ਘੱਟ ਕਰ ਦਿੱਤੀ ਆ ਪਰ ਸਾਡਾ ਖਾਣ ਪੀਣ ਜਿਹੜਾ ਸਾਡੇ ਪਰੌਂਠੇ ਤੇ ਸਾਡੇ ਮੱਖਣ ਸਾਡੇ ਘਿਓ ਤੇ ਸਾਡੇ ਮੀਠੇੜੇ ਉਸੇ ਤਰੀਕੇ ਨਾਲ ਚੱਲਦੇ ਆ ਕਈ ਵਾਰ ਇਹ ਵੀ ਇਲਾਕੇ-ਇਲਾਕੇ ਦਾ ਜਿਵੇਂ ਤੁਸੀਂ ਗੱਲ ਕੀਤੀ ਉਹਦਾ ਫਰਕ ਪੈ ਸਕਦਾ ਜੀ ਹੁਣ ਗੱਲ ਕਰਦੇ ਆ ਕਿ ਵੇਖੋ ਕੁਝ ਲੋਕਾਂ ਨੂੰ ਸ਼ੌਕਟ ਹੈਗਾ ਪਾਲਣ ਦਾ ਕੁਝ ਸ਼ੌਕੀਆ ਤੌਰ ਤੇ ਪਾਲਦੇ ਆ ਤੇ ਕੁਝ ਵਪਾਰ ਦੇ ਤੌਰ ਤੇ ਹੁਣ ਆਪਾਂ ਕਿਤੇ ਦੇ ਤੌਰ ਤੇ ਜੇ ਇਹਨੂੰ ਪਾਲਣਾ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਇਹਨੂੰ ਆਪਣੇ ਘਰ ਦੇ ਪਿਛਵਾੜੇ 'ਚ ਜਾਂ ਛੋਟੇ ਪੱਧਰ ਦੇ ਉੱਤੇ 20 ਤੋਂ 50 ਜਿਹੜੇ ਪੰਛੀ ਉਹਨਾਂ ਦੇ ਰੂਪ ਦੇ ਵਿੱਚ ਉਹ ਜੇ ਅਸੀਂ ਪਾਲਣਾ ਹੈ ਤੇ ਉਹ ਕਿਸ ਤਰੀਕੇ ਨਾਲ ਤੁਸੀਂ ਕਿਸਾਨ ਨੂੰ ਜਿਹੜਾ ਉਹ ਸਿੱਖਿਤ ਕਰਦੇ ਦੇ ਕਿਸਾਨ ਕਿੱਥੇ ਜਾਏ ਕਿੱਥੇ ਪਹੁੰਚੇ ਕਿਸ ਤਰੀਕੇ ਨਾਲ ਜਿਹੜਾ ਇਹਦੇ ਚੂਚੇ ਲਏ ਤੇ ਕਿਸ ਤਰੀਕੇ ਨਾਲ ਅੱਗੇ ਵਧੇ ਮੈਂ ਇੱਥੇ ਇਹ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਜੇ ਕੋਈ ਨਵਾਂ ਕੰਮ ਆਪਾਂ ਸ਼ੁਰੂ ਕਰਨਾ ਹੈ ਕਿਸੇ ਕੰਮ ਨੂੰ ਕਿਤੇ ਦਾ ਰੂਪ ਦੇਣਾ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਨੂੰ ਉਸ ਕਿਤੇ ਬਾਰੇ ਗਿਆਨ ਵੀ ਹੋਵੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਮੁਰਗੀ ਪਾਲਣ ਦੇ ਉੱਤੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਸਾਡੇ ਕਿਸਾਨ ਸਾਥੀ ਸਭ ਤੋਂ ਪਹਿਲਾਂ ਇਦੇ ਬਾਰੇ ਪੰਜ ਤੋਂ 10 ਰੋਜ਼ਾ ਟ੍ਰੇਨਿੰਗ ਜਿਹੜੀ ਅਲੱਗ-ਅਲੱਗ ਕੇਂਦਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਉੱਥੇ ਜਾ ਕੇ ਸਿੱਖਲਾਈ ਲੈ ਲੈਣ ਉਸ ਤੋਂ ਬਾਅਦ ਇਸ ਮੁਰਗੀ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਡਾਇਰੈਕਟੋਰੇਟ ਆਫ ਲਾਈਫਸਟਾਕ ਫਾਰਮਸ ਗੁਰੂ ਅੰਗਦ ਦੇਵ ਗੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪਹੁੰਚ ਕਰਕੇ ਇਸ ਨਸਲ ਦੇ ਬਾਰੇ ਹੋਰ ਵੀ ਜਾਣਕਾਰੀ ਹਾਸਲ ਕਰਦੇ ਨੇ ਕਰ ਸਕਦੇ ਨੇ ਕਿਉਂਕਿ ਇੱਥੇ ਯੂਨੀਵਰਸਿਟੀ ਦਾ ਆਪਣਾ ਵੀ ਇੱਕ ਫਾਰਮ ਹੈ ਜਿੱਥੇ ਕੜਕਨਾਥ ਮੁਰਗੀਆਂ ਨੂੰ ਰੱਖਿਆ ਗਿਆ ਹੈ ਇਸ ਤੋਂ ਬਾਅਦ ਜੇਕਰ ਕਿਸਾਨ ਸਾਥੀਆਂ ਨੇ ਕੜਕਨਾਥ ਨੂੰ ਮੁਰਗੀ ਪਾਲਣ ਕਰਨਾ ਹੈ ਤੇ ਇਹਦੇ ਚੂਚੇ ਖਰੀਦਨੇ ਆ ਤਾਂ ਉਹਦੇ ਲਈ ਉਹ ਸੀਪੀਡੀਓ ਚੰਡੀਗੜ੍ਹ ਦੇ ਵਿੱਚ ਸੰਪਰਕ ਕਰ ਸਕਦੇ ਨੇ ਇਸ ਤੋਂ ਇਲਾਵਾ ਸੀਏਆਰਆਈ ਇਜ਼ਤਨਗਰ ਦੇ ਵਿੱਚੋਂ ਸੰਪਰਕ ਕਰ ਸਕਦੇ ਨੇ ਤੇ ਖੇਤੀ ਵਿਗਿਆਨ ਕੇਂਦਰ ਝਬੂਆ ਮੱਧਿਆ ਪ੍ਰਦੇਸ਼ ਦੇ ਵਿੱਚ ਸੰਪਰਕ ਕਰ ਸਕਦੇ ਨੇ ਉੱਥੇ ਕੜਕਨਾਥ ਦੀ ਇੱਕ ਹੈਚਰੀ ਸਥਾਪਿਤ ਕੀਤੀ ਗਈ ਹੈ ਜਿੱਥੋਂ ਕਿ ਉਹ ਚੂਚੇ ਉਪਲਬਧ ਕਰਵਾ ਦਿੰਦੇ ਨੇ ਛੋਟੀ ਉਮਰ ਦੇ ਚੂਚੇ ਵੀ ਮਿਲ ਜਾਂਦੇ ਨੇ ਤੇ ਲਗਭਗ 1 ਮਹੀਨੇ ਦੇ ਚੂਚਿਆਂ ਨੂੰ ਤਿਆਰ ਕਰਕੇ ਵੀ ਵੇਚਿਆ ਜਾ ਸਕਦਾ ਹੈ ਉਸ ਤੋਂ ਬਾਅਦ ਚੂਚਿਆਂ ਨੂੰ ਜਦੋਂ ਆਪਾਂ ਆਪਣੇ ਘਰ ਤੱਕ ਲੈ ਆਉਣੇ ਆ ਤਾਂ ਇਹਨਾਂ ਦੇ ਵਿੱਚ ਪਹਿਲੇ 4 ਹਫ਼ਤਿਆਂ ਦੇ ਵਿੱਚ ਇਹਨਾਂ ਦੀ ਸੰਭਾਲ ਬੜੀ ਜ਼ਰੂਰੀ ਹੈ ਜਿਸ ਨੂੰ ਕਿ ਬਰੂਡਿੰਗ ਕਿਹਾ ਜਾਂਦਾ ਹੈ ਬਰੂਡਿੰਗ ਦੇ ਵਿੱਚ ਆਪਾਂ ਚੂਚਿਆਂ ਨੂੰ ਨਿੱਗੇ ਕਮਰੇ ਦੇ ਵਿੱਚ ਰੱਖਦੇ ਹਾਂ ਜਿੱਥੇ ਕਿ ਉਹਨਾਂ ਨੂੰ ਆਪਾਂ ਕਮਰਸ਼ੀਅਲ ਫੀਡ 4 ਹਫ਼ਤਿਆਂ ਤੱਕ ਦੇਣੀ ਹੁੰਦੀ ਹੈ ਜੇਕਰ ਆਪਾਂ ਬੈਕਯਾਰਡ ਸਿਸਟਮ ਦੇ ਵਿੱਚ ਇਹ ਕੰਮ ਕਰ ਰਹੇ ਹਾਂ ਤਾਂ 2 ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਕਮਰਸ਼ੀਅਲ ਫੀਡ ਦੇ ਕੇ ਉਸ ਤੋਂ ਬਾਅਦ ਹਰ ਰੋਜ਼ 5% ਦੇ ਹਿਸਾਬ ਨਾਲ ਆਪਾਂ ਫੀਡ ਨੂੰ ਸਥਾਨਕ ਫੀਡ ਦੇ ਨਾਲ ਵੀ ਬਦਲ ਸਕਦੇ ਆ ਤਾਂ ਕਿ 5ਵੇਂ ਹਫਤੇ ਤੱਕ ਜਾਂਦੇ ਜਾਂਦੇ ਕਮਰਸ਼ੀਅਲ ਫੀਡ ਦੀ ਜਗ੍ਹਾ ਸਥਾਨਕ ਫੀਡ ਲੈ ਲਵੇ ਉਸ ਤੋਂ ਬਾਅਦ ਚੂਤੇ ਬੈਕਯਾਰਡ ਦੇ ਵਿੱਚੋਂ ਜਾਂ ਘਰ ਦੇ ਪਿਛਵਾੜੇ ਦੇ ਵਿੱਚੋਂ ਜਿੱਥੇ ਕਿ ਥੋੜਾ ਬਹੁਤਾ ਦਾਣਿਆਂ ਦਾ ਪ੍ਰਬੰਧ ਹੋਵੇ ਕੀੜੇ ਮਕੌੜੇ ਹੁੰਦੇ ਆ ਥੋੜਾ ਬਹੁਤਾ ਚਾਰਾ ਹੋਵੇ ਕਿਤੇ ਰੂੜੀ ਹੋ ਸਕਦੀ ਆ ਤਾਂ ਉੱਥੋਂ ਇਹ ਚੂਤੇ ਆਪਣੀ ਖੁਰਾਕ ਖੁਦ ਹੀ ਚੁਗ ਕੇ ਪੂਰੀ ਕਰ ਲੈਂਦੇ ਨੇ ਪਰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਲਗਭਗ ਚੌਥੇ ਹਿੱਸੇ ਤੋਂ ਲੈ ਕੇ 50% ਤੱਕ ਉਹਨਾਂ ਦੀ ਜੋ ਰੋਜ਼ਾਨਾ ਦੀ ਖੁਰਾਕ ਦੀ ਲੋੜ ਹੈ ਉਹਨੂੰ ਆਪਾਂ ਰਾਤ ਨੂੰ ਕਮਰਸ਼ੀਅਲ ਫੀਡ ਦੇ ਨਾਲ ਜਾਂ ਸਥਾਨਕ ਫੀਡ ਦੇ ਨਾਲ ਵੀ ਪੂਰਾ ਕਰ ਸਕਦੇ ਹਾਂ ਤਾਂ ਇਹਦਾ ਮਤਲਬ ਇਹ ਹੋ ਜਾਂਦਾ ਕਿ ਜਦੋਂ ਪੰਛੀ ਲਗਭਗ 4 ਤੋਂ 6 ਮਹੀਨੇ ਦੇ ਹੁੰਦੇ ਆ ਤਾਂ ਉਹਨਾਂ ਨੂੰ ਹਰ ਰੋਜ਼ 100 ਗ੍ਰਾਮ ਖੁਰਾਕ ਚਾਹੀਦੀ ਹੁੰਦੀ ਹੈ ਤੇ ਆਪਾਂ ਉਹਨਾਂ ਨੂੰ 25-25 ਗ੍ਰਾਮ ਖੁਰਾਕ ਸਵੇਰੇ ਤੇ ਸ਼ਾਮ ਉਹਨਾਂ ਦੇ ਚੁਗਣ ਦੇ ਨਾਲ ਵੀ ਦੇ ਸਕਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਅੰਡਿਆਂ ਦੀ ਪੈਦਾਵਾਰ ਜ਼ਿਆਦਾ ਹੋਵੇ ਕੜਕਨਾਥ ਮੁਰਗੀਆਂ ਇੱਕ ਸਾਲ ਦੇ ਵਿੱਚ ਲਗਭਗ 80 ਤੋਂ 100 ਅੰਡੇ ਦੇ ਸਕਦੀਆਂ ਨੇ ਇਹਨਾਂ ਦੀ ਕੀਮਤ 7 ਰੁਪਏ ਤੋਂ ਲੈ ਕੇ 12 ਰੁਪਏ ਤੱਕ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਅੰਡਿਆਂ ਦੀ ਕੀਮਤ ਆਪਾਂ ਦੇ ਸਕਦੇ ਹਾਂ ਤੇ ਇਸ ਸਿਸਟਮ ਦੇ ਵਿੱਚ ਘੱਟ ਲਾਗਤ ਦੇ ਨਾਲ ਆਪਾਂ ਦੇਸੀ ਅੰਡਿਆਂ ਦੀ ਪੈਦਾਵਾਰ ਕਰ ਸਕਦੇ ਹਾਂ ਤੇ ਉਹਨਾਂ ਨੂੰ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਆਪਾਂ ਵੇਚ ਸਕਦੇ ਹਾਂ ਇਸ ਤੋਂ ਇਲਾਵਾ ਸੰਗਠਿਤ ਖੇਤੀ ਪ੍ਰਣਾਲੀ ਦੇ ਤਹਿਤ ਵੀ ਆਪਾਂ ਇਹਨਾਂ ਨੂੰ ਪਾਲ ਸਕਦੇ ਹਾਂ ਤਾਂ ਕਿ ਆਪਣੇ ਕੋਲੇ ਆਪਣੀ ਕਮਾਈ ਦੇ ਲਈ ਅਲੱਗ-ਅਲੱਗ ਸਾਧਨਾਂ ਦਾ ਪ੍ਰਬੰਧ ਹੋ ਸਕੇ ਜਿੱਥੇ ਕਿ ਆਪਾਂ ਅਨਾਜ ਦੀਆਂ ਫਸਲਾਂ ਦੀ ਖੇਤੀਬਾੜੀ ਕਰਦੇ ਆਂ ਉਸ ਦੇ ਨਾਲ ਆਪਾਂ ਫਲ ਲਾਉਣੇ ਆਂ ਸਬਜ਼ੀਆਂ ਲਾਉਣੇ ਆਂ ਤਾਂ ਅੰਡੇ ਵੀ ਆਪਾਂ ਉਹਦੇ ਨਾਲ ਹੀ ਤਿਆਰ ਕਰ ਸਕਦੇ ਆਂ ਤਾਂ ਕਿ ਜੇ ਕੋਈ ਗਾਹਕ ਆਪਣੇ ਕੋਲੇ ਕੋਈ ਖਾਸ ਕਿਸਮ ਦੀ ਪੈਦਾਵਾਰ ਲੈਣ ਆਉਂਦਾ ਤਾਂ ਉਹਦੇ ਨਾਲ ਆਪਾਂ ਉਹਨੂੰ ਅੰਡੇ ਵੀ ਸਪਲਾਈ ਕਰ ਸਕੀਏ ਤੇ ਉਹਨੂੰ ਜ਼ਿਆਦਾ ਆਪਸ਼ਨਸ ਆਪਣੇ ਫਾਰਮ ਤੋਂ ਮਿਲ ਜਾਣ ਜਿਹਦੇ ਨਾਲ ਕਿ ਉਹਨੂੰ ਵੀ ਆਪਣੇ ਫਾਰਮ ਦੇ ਵੱਲ ਖਿੱਚ ਬਣੂਗੀ ਤੇ ਆਪਾਂ ਵੀ ਜ਼ਿਆਦਾ ਸਰੋਤ ਆਪਣੇ ਫਾਰਮ ਦੇ ਉੱਤੇ ਪੈਦਾ ਕਰਕੇ ਗਾਹਕ ਨੂੰ ਫਾਇਦਾ ਦੇ ਸਕਦੇ ਆ ਡਾਕਟਰ ਅਨਬੀਰ ਜੀ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਇਹਨਾਂ ਟਾਂਗਾ ਦੇ ਨਾਲ ਜਿਹੜਾ ਹੈ ਉਹ ਬੈਕਯਾਰਡ ਪੌਟੀ ਜਾਂ ਆਪਣੇ ਘਰ ਦੇ ਪਿਛਵਾੜੇ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਪਾਲ ਸਕਦੇ ਆ ਹੁਣ ਇਹਦੇ ਵਿੱਚ ਤੁਸੀਂ ਇੱਕ ਮਹੱਤਵਪੂਰਨ ਗੱਲ ਕੀਤੀ ਕਿ ਇਹ ਬਹੁਤ ਆਪਣਾ ਚੋਗਾ ਆਪ ਹੀ ਚੋਗਾਉਂਦੇ ਆ ਜੀ ਉਸ ਪੱਖੋਂ ਮੈਨੂੰ ਲੱਗਦਾ ਕਿ ਔਰਗੈਨਿਕ ਖੇਤੀ ਜਿਹੜੀ ਸਾਡੀ ਅੱਜ ਕੱਲ ਜਾਂ ਕੁਦਰਤੀ ਖੇਤੀ ਆ ਇਹ ਉਹਦੇ ਨੇੜੇ-ਤੇੜੇ ਇਹਨਾਂ ਦਾ ਕੋਈ ਸਾਂਝ ਪੈਂਦੀ ਲੱਗਦੀ ਆ ਤੇ ਜੇ ਇਸ ਕਿਸਮ ਨਾਲ ਹੋਏ ਤੇ ਕੀ ਫਿਰ ਉਸ ਮੰਡੀਕਰਰੀ ਦੇ ਵਿੱਚ ਸਾਨੂੰ ਕੋਈ ਫਾਇਦਾ ਮਿਲਦਾ ਕਿ ਅਸੀਂ ਇਹ ਕਹਿ ਕੇ ਕਿ ਸਾਡੇ ਇਹ ਜਿਹੜੇ ਮੁਰਗੇ ਨੇ ਜਾਂ ਮੁਰਗੀਆਂ ਨੇ ਇਹ ਔਰਗੈਨਿਕ ਨੇ ਉਸ ਢੰਗ ਨਾਲ ਪਾਲੇ ਗਏ ਉਹੋ ਜਿਹਾ ਵੀ ਕੋਈ ਕਿਸਾਨ ਨੂੰ ਮੰਡੀਕਰਰੀ 'ਚ ਫਾਇਦਾ ਹੋ ਸਕਦਾ ਜੀ ਖੇਤੀਬਾੜੀ ਦੇ ਵਿੱਚ ਆਪਣੇ ਕੋਲੇ ਨਵੇਂ-ਨਵੇਂ ਢੰਗ ਦੇਖਣ ਨੂੰ ਆ ਰਹੇ ਨੇ ਸਭ ਤੋਂ ਪਹਿਲਾਂ ਜੈਵਿਕ ਖੇਤੀ ਦਾ ਚਲਨ ਹੋਇਆ ਸੀ ਤੇ ਹੁਣ ਆਰਗੈਨਿਕ ਖੇਤੀ ਤੋਂ ਬਾਅਦ ਕੁਦਰਤੀ ਖੇਤੀ ਦਾ ਵੀ ਕਾਫੀ ਰਿਵਾਜ ਬਣ ਰਿਹਾ ਹੈ ਜੀ ਮੇਰੇ ਕੋਲੇ ਕੁਝ ਉਦਾਹਰਨਾਂ ਨੇ ਅੰਮ੍ਰਿਤਸਰ ਇਲਾਕੇ ਤੋਂ ਸਾਡੇ ਇੱਕ ਕਿਸਾਨ ਸਾਥੀ ਨੇ ਜਿਹੜੇ ਕਿ ਫ੍ਰੀ ਰੇਂਜ ਸਿਸਟਮ ਦੇ ਵਿੱਚ ਮੁਰਗੀਆਂ ਪਾਲਦੇ ਨੇ ਜੀ ਤੇ ਉਹ ਲਗਭਗ 20 ਰੁਪਏ ਆਂਡੇ ਦੀ ਇੱਕ ਕੀਮਤ ਲਾਉਂਦੇ ਨੇ ਯਾਨੀ ਉਹ ਫੋਡਿਆਂ 'ਚ ਨਹੀਂ ਤਾੜਦੇ ਜੀ ਤੇ ਮੁਰਗੀ ਉੱਥੇ ਪਈ ਰਹੇ ਜਿਵੇਂ ਆ ਤੁਹਾਡੇ ਪਿੱਛੇ ਖੇਡਦੇ ਫਿਰਦੇ ਆ ਇੰਝ ਪਾਲਦੇ ਆ ਉਹ ਰਾਤ ਵੇਲੇ ਮੁਰਗੀਆਂ ਨੂੰ ਕੁੱਤਿਆਂ ਬਿੱਲੀਆਂ ਤੋਂ ਬਚਾਉਣ ਵਾਸਤੇ ਜਾਂ ਆਵਾਰਾ ਜਾਨਵਰਾਂ ਤੋਂ ਬਚਾਉਣ ਵਾਸਤੇ ਇੱਕ ਛੱਡ ਦੇ ਵਿੱਚ ਰੱਖਦੇ ਨੇ ਤੇ ਉਸ ਤੋਂ ਬਾਅਦ ਦਿਨੇ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਂਦਾ ਹੈ ਖੁੱਲੇ ਵਿੜੇ ਦੇ ਵਿੱਚ ਇਹ ਮੁਰਗੀਆਂ ਤੋਰਾ ਫੇਰਾ ਕਰਦੀਆਂ ਨੇ ਜਿਹਦੇ ਨਾਲ ਇਹਨਾਂ ਦੀ ਕਸਰਤ ਵੀ ਹੋ ਜਾਂਦੀ ਹੈ ਭੁੱਖ ਵਧਦੀ ਹੈ ਤੇ ਉਹ ਕੁਦਰਤੀ ਖੁਰਾਕ ਨੂੰ ਜ਼ਿਆਦਾ ਖਾਂਦੇ ਨੇ ਉਹਦੇ ਨਾਲ ਨਾਲ ਉਹਨਾਂ ਨੂੰ ਉਹਨਾਂ ਦੀ ਲੋੜ ਦੇ ਮੁਤਾਬਕ ਰੋਜ਼ਾਨਾ 30 ਤੋਂ 40 ਗ੍ਰਾਮ ਤੱਕ ਕਮਰਸ਼ੀਅਲ ਖੁਰਾਕ ਵੀ ਦੇ ਦਿੱਤੀ ਜਾਂਦੀ ਹੈ ਜਦੋਂ ਆਪਾਂ ਫ੍ਰੀ ਰੇਂਜ ਸਿਸਟਮ ਦੇ ਵਿੱਚ ਮੁਰਗੀ ਪਾਲਣ ਕਰਦੇ ਆ ਤਾਂ ਉਹਦੇ ਵਿੱਚ ਜੋ ਵੀ ਆਪਣਾ ਖਰੀਦਦਾਰ ਹੁੰਦਾ ਤਾਂ ਉਹ ਆਪਣੇ ਤੋਂ ਇੱਕ ਸਰਟੀਫਿਕੇਟ ਦੀ ਉਮੀਦ ਕਰਦਾ ਪਰ ਇਹ ਸਰਟੀਫਿਕੇਟ ਹਾਸਲ ਕਰਨਾ ਕੁਝ ਮੁਸ਼ਕਲ ਹੈ ਕਿਉਂਕਿ ਕਿਸੇ ਸਰਕਾਰੀ ادارے ਵੱਲੋਂ ਹਜੇ ਤੱਕ ਇਹ ਵੀ ਸਰਟੀਫਿਕੇਸ਼ਨ ਨਹੀਂ ਕੀਤੀ ਜਾ ਰਹੀ ਪ੍ਰਾਈਵੇਟ ਕੰਪਨੀਆਂ ਇਹਦੇ ਬਦਲ ਦੇ ਵਿੱਚ ਲਗਭਗ 30 ਤੋਂ 40000 ਰੁਪਿਆ ਕਿਸਾਨ ਤੋਂ ਮੰਗਦੀਆਂ ਨੇ ਜੋ ਕਿ ਉਹਦੇ ਲਈ ਜ਼ਿਆਦਾ ਹੋ ਜਾਂਦਾ ਉਸ ਦੇ ਉਲਟ ਜੇਕਰ ਆਪਾਂ ਆਰਗੈਨਿਕ ਫਾਰਮਿੰਗ ਦੇ ਅਧੀਨ ਇਸ ਕੰਮ ਨੂੰ ਕਰੀਏ ਤਾਂ ਉਹਦੇ ਲਈ ਆਪਣੇ ਕੋਲੇ ਭਰੋਸੇਮੰਦ ਏਜੰਸੀਆਂ ਨੇ ਜਿਹੜੀਆਂ ਕਿ ਆਪਣੇ ਮੁਰਗੀ ਪਾਲਣ ਨੂੰ ਤੇ ਆਂਡਿਆਂ ਦੀ ਪੈਦਾਵਾਰ ਨੂੰ ਆਰਗੈਨਿਕ ਸਰਟੀਫਾਈ ਕਰ ਸਕਦੀਆਂ ਨੇ ਆਰਗੈਨਿਕ ਸਰਟੀਫਾਈਡ ਜਿਹੜੇ ਵੀ ਆਪਣੇ ਕੋਲੇ ਪਦਾਰਥ ਹੁੰਦੇ ਆ ਜਾਂ ਆਪਣੇ ਕੋਲੇ ਖਾਣ ਪੀਣ ਦੀਆਂ ਸਮਗਰੀਆਂ ਹੁੰਦੀਆਂ ਨੇ ਬੇਸ਼ੱਕ ਹੀ ਬਜ਼ਾਰ ਦੇ ਵਿੱਚ ਉਹਨਾਂ ਦੀ ਕੀਮਤ ਜ਼ਿਆਦਾ ਲੱਗਦੀ ਹੈ ਕਿਉਂਕਿ ਆਰਗੇਨਿਕ ਸਿਸਟਮ ਦੇ ਵਿੱਚ ਇੱਕ ਤਾਂ ਪ੍ਰੋਡਕਸ਼ਨ ਘੱਟ ਹੁੰਦੀ ਹੈ ਜਿਹਦੇ ਕਰਕੇ ਕਿ ਉਹਦੀ ਕੀਮਤ ਜ਼ਿਆਦਾ ਰੱਖਣੀ ਪੈਂਦੀ ਹੈ ਜੀ ਤੇ ਉਸ ਦੇ ਨਾਲ ਨਾਲ ਇਹਨਾਂ ਦੀ ਗੁਣਵੱਤਾ ਵੀ ਕਈ ਗੁਣਾ ਜ਼ਿਆਦਾ ਹੁੰਦੀ ਹੈ ਕਮਰਸ਼ੀਅਲ ਪ੍ਰੋਡਕਸ਼ਨ ਦੇ ਮੁਕਾਬਲੇ ਦੇ ਵਿੱਚ ਇਸ ਕਰਕੇ ਸਿਹਤ ਪੱਖੋਂ ਇਹਨਾਂ ਦਾ ਚੰਗੇ ਹੋਣ ਕਰਕੇ ਬਾਜ਼ਾਰ ਦੇ ਵਿੱਚ ਇਹਨਾਂ ਦੀ ਮੰਗ ਵੀ ਬਣੀ ਰਹਿੰਦੀ ਹੈ ਤੇ ਇਹਨਾਂ ਤੋਂ ਆਪਾਂ ਨੂੰ ਚੰਗੀ ਆਮਦਨੀ ਵੀ ਹਾਸਲ ਹੋ ਸਕਦੀ ਹੈ ਪਹਿਲਾਂ ਵੀ ਮੈਂ ਗੱਲ ਕੀਤੀ ਕਿ ਸੰਗਠਿਤ ਖੇਤੀ ਪ੍ਰਣਾਲੀ ਦੇ ਅਧੀਨ ਵੀ ਅਸੀਂ ਕੜਕਨਾਥ ਮੁਰਗੀ ਪਾਲਣ ਕਰ ਸਕਦੇ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਨੇ ਸਾਂਝੇ ਉਦਮ ਦੇ ਨਾਲ ਪੰਜਾਬ ਲਈ ਇੱਕ ਸੰਗਠਿਤ ਖੇਤੀ ਦਾ ਮਾਡਲ ਤਿਆਰ ਕੀਤਾ ਹੈ ਉਸ ਦੇ ਅਧੀਨ ਵੀ ਅਸੀਂ ਮੁਰਗੀ ਪਾਲਣ ਦਾ ਕੰਮ ਕਰ ਸਕਦੇ ਹਾਂ ਉਹਦੇ ਵਿੱਚ ਆਪਣੇ ਕੋਲੇ ਇੱਕ ਹੀ ਫਾਰਮ ਦੇ ਉੱਤੇ ਪ੍ਰੋਡਕਸ਼ਨ ਦੀ ਡਾਈਵਰਸਿਟੀ ਵੱਧ ਜਾਂਦੀ ਹੈ ਜਿਸ ਦੇ ਕਰਕੇ ਇੱਕ ਫਾਰਮ ਦੇ ਉੱਤੇ ਜ਼ਿਆਦਾ ਉਤਪਾਦ ਆਪਣੇ ਨੂੰ ਹਾਸਲ ਹੋ ਜਾਂਦੇ ਨੇ ਤੇ ਉਹਨਾਂ ਤੋਂ ਆਪਾਂ ਮੁਰਗੀ ਪਾਲਣ ਤੋਂ ਜਾਂ ਕੜਕਨਾਥ ਮੁਰਗੀ ਪਾਲਣ ਤੋਂ ਵੀ ਵਧੇਰੇ ਕਮਾਈ ਕਰ ਸਕਦੇ ਹਾਂ ਜੀਵਾਪਖ ਕੁਦਰਤੀ ਖੇਤੀ ਦਾ ਕੁਦਰਤੀ ਖੇਤੀ ਦੇ ਵਿੱਚ ਵੀ ਫਸਲਾਂ ਦੀ ਸਾਮ ਸੰਭਾਲ ਵਾਸਤੇ ਕੀੜੇ ਮਕੌੜਿਆਂ ਦੀ ਰੋਕਥਾਮ ਵਾਸਤੇ ਮੁਰਗੀ ਪਾਲਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਪਿੱਛੇ ਜੇ ਕਈ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਸਾਹਮਣੇ ਆਇਆ ਕਿ ਕਈ ਕਿਸਾਨ ਪਸ਼ੂਆਂ ਦੇ ਵਿੱਚ ਚਿਚੜਾਂ ਦੀ ਰੋਕਥਾਮ ਵਾਸਤੇ ਵੀ ਮੁਰਗੀਆਂ ਨੂੰ ਆਪਦੇ ਘਰ ਦੇ ਵਿੱਚ ਪਾਲਦੇ ਆ ਤੇ ਉਹਦੇ ਨਾਲ ਵੀ ਉਹਨਾਂ ਨੂੰ ਪਸ਼ੂ ਪਾਲਣ ਦੇ ਵਿੱਚ ਵੀ ਫਾਇਦਾ ਹੁੰਦਾ ਹੈ ਤੇ ਮੁਰਗੀਆਂ ਕੁਦਰਤੀ ਢੰਗ ਦੇ ਨਾਲ ਦੁੱਧ ਉਤਪਾਦਨ ਤਿਆਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਦੀਆਂ ਨੇ ਤੇ ਕੁਦਰਤੀ ਖੁਰਾਕ ਹੋਣ ਕਰਕੇ ਮੁਰਗੀਆਂ ਵੀ ਕੁਦਰਤੀ ਸਿਸਟਮ ਦੇ ਵਿੱਚ ਹੀ ਪਲਦੀਆਂ ਨੇ ਜਿੱਥੋਂ ਕਿ ਨੇਚਰਲ ਫਾਰਮਿੰਗ ਦੇ ਵਿੱਚ ਇਹਨਾਂ ਦੇ ਅੰਡੇ ਅਸੀਂ ਹਾਸਲ ਕਰ ਸਕਦੇ ਹਾਂ ਇਹਨਾਂ ਦੇ ਵਿੱਚ ਵੀ ਜ਼ਹਿਰਾਂ ਦਾ ਪ੍ਰਯੋਗ ਨਹੀਂ ਹੁੰਦਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੁੰਦੀ ਉਹਦੇ ਕਰਕੇ ਆਪਣੀ ਸਿਹਤ ਲਈ ਅਰੇਹੇ ਸਿਸਟਮ ਦੇ ਵਿੱਚੋਂ ਜਿਹੜੀਆਂ ਮੁਰਗੀਆਂ ਤਿਆਰ ਹੁੰਦੀਆਂ ਨੇ ਤੇ ਜਿਹੜੇ ਅੰਡੇ ਦਿੰਦੀਆਂ ਨੇ ਉਹ ਆਪਣੇ ਲਈ ਕਾਫੀ ਫਾਇਦੇਮੰਦ ਹੁੰਦੇ ਨੇ ਗਾਹਕ ਇਸ ਤਰ੍ਹਾਂ ਦਾ ਪ੍ਰੋਡਕਟ ਖਰੀਦਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਖਾਸ ਤੌਰ ਦੇ ਉੱਤੇ ਵੱਡੇ ਸ਼ਹਿਰਾਂ ਦੇ ਵਿੱਚ ਆਰਗੇਨਿਕ ਜਾਂ ਨੇਚਰਲ ਫਾਰਮਿੰਗ ਸਿਸਟਮ ਦੇ ਵਿੱਚੋਂ ਪੈਦਾ ਹੋਏ ਪਦਾਰਥਾਂ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਉੱਥੇ ਇਹਨਾਂ ਦੀ ਚੰਗੀ ਕੀਮਤ ਵੀ ਵਸੂਲੀ ਜਾ ਸਕਦੀ ਹੈ ਤਾਂ ਸਾਡੇ ਕਿਸਾਨ ਸਾਥੀ ਇਹ ਫੈਸਲਾ ਕਰ ਸਕਦੇ ਨੇ ਕਿ ਉਹ ਕਿਹੜੀ ਖੇਤੀ ਪ੍ਰਣਾਲੀ ਦੇ ਅਧੀਨ ਇਸ ਕੰਮ ਨੂੰ ਕਰਨਾ ਚਾਹੁੰਦੇ ਨੇ ਇਹਦੀ ਹੋਰ ਜਾਣਕਾਰੀ ਲਈ ਉਹ ਯੂਨੀਵਰਸਿਟੀ ਦੇ ਵਿੱਚ ਆਉਣ ਨਿਰਦੇਸ਼ਾਲਾ ਪਸਾਰ ਸਿੱਖਿਆ ਦੇ ਵਿੱਚ ਸਾਰ ਸਿੱਖਿਆ ਦੇ ਡਿਪਾਰਟਮੈਂਟ ਦੇ ਵਿੱਚ ਡਾਇਰੈਕਟੋਰੇਟ ਲਾਈਫਸਟਾਕ ਫਾਰਮਸ ਦੇ ਵਿੱਚ ਸਾਡੇ ਮਾਹਰ ਉਹਨਾਂ ਨੂੰ ਮਿਲ ਕੇ ਇਹਦੇ ਬਾਰੇ ਹੋਰ ਜਾਣਕਾਰੀ ਦੇ ਸਕਦੇ ਡਾਕਟਰ ਹਰਨबीर ਜੀ ਆਪਾਂ ਕਿਵੇਂ ਇਹ ਪਾਲਣੇ ਆ ਕਿੱਥੋਂ ਲਿਆਉਣੇ ਆ ਕੀ ਇਹਨਾਂ ਦੀ ਖੁਰਾਕ ਹੋਣੀ ਚਾਹੀਦੀ ਆ ਕਿਸ ਤਰੀਕੇ ਨਾਲ ਸਾਨੂੰ ਇਹਨਾਂ ਦੀ ਵਟਤ ਹੋ ਸਕਦੀ ਆ ਉਹ ਸਾਰੀਆਂ ਗੱਲਾਂ ਦੇ ਟੱਪਾ ਗੱਲ ਕੀਤੀ ਪਰ ਜਿਹੜੀ ਵਿਸ਼ੇਸ਼ ਗੱਲ ਇੱਕ ਜਿਹੜੀ ਆ ਜਾਂਦੀ ਆ ਕਿ ਅਖੀਰ ਤੇ ਆਪਾਂ ਕੋਈ ਵੀ ਜਿਹਨੂੰ ਕਿੱਤਾ ਕਰਦੇ ਆ ਤਾਂ ਉਦੋਂ ਆਪਾਂ ਮੰਡੀ ਕਾਰੀ ਜਿਹੜਾ ਬੜਾ ਮਹੱਤਵਪੂਰਨ ਹੁੰਦਾ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਕਿ ਕੋਈ ਕਿਸਾਨ ਨੇ ਅੰਮ੍ਰਿਤਸਰ ਦੇ ਉਹ ਇਸ ਕਿਤੇ ਦੇ ਵਿੱਚ ਜਿਹੜੇ ਫ੍ਰੀ ਰੇਂਜ ਜਾਂ ਖੁੱਲੇ ਛੱਡੇ ਹੋਏ ਪੰਛੀ ਜਿਹੜੇ ਪਾਲਦੇ ਨੇ ਆਪਾਂ ਇਹਦੀ ਮੰਡੀਕਰ ਦੀ ਸਬੰਧੀ ਵੀ ਕਿ ਜੇ ਅਸੀਂ ਵੇਚਣ ਜਾਈਏ ਤੇ ਜੇ ਇਹ ਜੈਵਿਕ ਉਤਪਾਦਾਂ ਨੇ ਆ ਸਾਡਾ ਤੇ ਕਿਸ ਤਰੀਕੇ ਨਾਲ ਕੁਝ ਦੋ ਪੈਸੇ ਸਾਨੂੰ ਵੱਧ ਲੱਭ ਜਾਣ ਉਰੇ ਪੱਖੋਂ ਸਾਡਾ ਕਿਸਾਨ ਜਿਹੜਾ ਉਹਨੂੰ ਕੀ ਯਤਨ ਕਰਨੇ ਲੋੜੀਂਦੇ ਆ ਸਭ ਤੋਂ ਪਹਿਲਾਂ ਤਾਂ ਸਾਡੇ ਕਿਸਾਨ ਸਾਥੀ ਇਸ ਗੱਲ ਵੱਲ ਗੌਰ ਕਰਨ ਕਿ ਉਹਨਾਂ ਦੇ ਨੇੜੇ ਕਿਸੇ ਮੰਡੀ ਦੇ ਵਿੱਚ ਜਾਂ ਕਿਸੇ ਹੋਟਲ ਰੈਸਟੋਰੈਂਟ ਦੇ ਵਿੱਚ ਕੜਕਨਾਥ ਦੇ ਮੀਟ ਦੀ ਮੰਗ ਹੈ ਜਾਂ ਨਹੀਂ ਦੂਸਰਾ ਉਹਨਾਂ ਨੂੰ ਇਹ ਦੇਖਣਾ ਪਵੇਗਾ ਕਿ ਉਹਨਾਂ ਦੇ ਆਸ-ਪਾਸ ਦੇਸੀ ਆਂਡੇ ਕਿਸ ਰੇਟ ਦੇ ਉੱਤੇ ਵਿਕਦੇ ਨੇ ਤੇ ਕਿਹੜੀ ਰੁੱਤ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਰੇਟ ਹਾਸਲ ਹੋ ਸਕਦਾ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਉਹਨਾਂ ਨੂੰ ਕੜਕਨਾਥ ਮੁਰਗੀ ਪਾਲਣ ਦੇ ਵੱਲ ਆਉਣ ਦੀ ਲੋੜ ਹੈ ਜਦੋਂ ਉਹ ਇਸ ਗੱਲੋਂ ਪੱਕੇ ਹੋ ਜਾਣ ਕਿ ਉਹਨਾਂ ਨੂੰ ਇੱਕ ਪੱਕੀ ਮੰਡੀ ਮਿਲ ਜਾਵੇਗੀ ਇੱਕ ਪੱਕਾ ਬੇਸ ਮਿਲ ਜਾਵੇਗਾ ਜਿੱਥੇ ਕਿ ਲੰਬੇ ਸਮੇਂ ਤੱਕ ਉਹ ਆਪਦੇ ਪੰਛੀਆਂ ਦੀ ਮਾਰਕੀਟਿੰਗ ਕਰ ਸਕਦੇ ਆ ਜਾਂ ਅੰਡਿਆਂ ਦੀ ਮਾਰਕੀਟਿੰਗ ਕਰ ਸਕਦੇ ਆ ਉਸ ਤੋਂ ਬਾਅਦ ਉਹ ਇਸ ਕੰਮ ਨੂੰ ਅਪਣਾ ਸਕਦੇ ਆ ਦੂਸਰੇ ਨੰਬਰ ਦੇ ਉੱਤੇ ਯੂਨੀਵਰਸਿਟੀ ਤੋਂ ਜਾਂ ਖੇਤੀਬੀ ਵਿਗਿਆਨ ਕੇਂਦਰਾਂ ਤੋਂ ਮਾਹਿਰਾਂ ਦੇ ਨਾਲ ਮਿਲ ਕੇ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਕਿ ਇਸ ਕਿਸਮ ਦੇ ਕੀ ਗੁਣ ਨੇ ਕੀ ਵਿਸ਼ੇਸ਼ਤਾਵਾਂ ਨੇ ਕਿੰਨੇ ਸਮੇਂ ਦੇ ਵਿੱਚ ਕਿੰਨੀ ਪੈਦਾਵਾਰ ਕਰਦੀਆਂ ਨੇ ਗਰੋਥ ਰੇਟ ਕਿੰਨਾ ਹੁੰਦਾ ਹੈ 4 ਹਫ਼ਤਿਆਂ ਦੇ ਉੱਤੇ 8 ਹਫ਼ਤਿਆਂ ਦੇ ਉੱਤੇ 20 ਹਫ਼ਤਿਆਂ ਦੇ ਉੱਤੇ ਕਿੰਨਾ ਇਹਨਾਂ ਦਾ ਭਾਰ ਹੁੰਦਾ ਹੈ ਉਹਦੇ ਨਾਲ ਨਾਲ 20 ਹਫ਼ਤਿਆਂ ਤੋਂ ਸ਼ੁਰੂ ਹੋ ਕੇ 72 ਹਫ਼ਤਿਆਂ ਤੱਕ ਕਿੰਨੀ ਇਹਨਾਂ ਦੀ ਪ੍ਰੋਡਕਸ਼ਨ ਉਹ ਲੈ ਸਕਦੇ ਨੇ ਨੈਚੁਰਲ ਫਾਰਮਿੰਗ ਸਿਸਟਮ ਤੇ ਕਮਰਸ਼ੀਅਲ ਸਿਸਟਮ ਦੇ ਵਿੱਚ ਕਿੰਨੀ-ਕਿੰਨੀ ਪੈਦਾਵਾਰ ਲਈ ਜਾ ਸਕਦੀ ਹੈ ਉਹਨਾਂ ਦੇ ਉੱਤੇ ਜ਼ਿਆਦਾ ਗੌਰ ਕਰਨ ਉਸ ਤੋਂ ਬਾਅਦ ਚੂਚਿਆਂ ਦੀ ਖਰੀਦ ਕਰਨ ਵਾਸਤੇ ਉਹ ਕਿਸੇ ਚੰਗੇ ਸੈਂਟਰ ਤੇ ਸੰਪਰਕ ਕਰਨ ਜਿਵੇਂ ਕਿ ਖੇਤੀ ਵਿਗਿਆਨ ਕੇਂਦਰ ਚ ਬੂਆ ਦੀ ਮੈਂ ਗੱਲ ਕੀਤੀ ਹੈ ਸੀਏਆਰਆਈ ਇਜ਼ਤਨਗਰ ਦੀ ਗੱਲ ਕੀਤੀ ਹੈ ਤਾਂ ਅਜਿਹੇ ਕੇਂਦਰਾਂ ਤੋਂ ਹੀ ਇਹਨਾਂ ਦੀ ਖਰੀਦ ਕੀਤੀ ਜਾਵੇ ਜਿੱਥੋਂ ਕਿ ਚੰਗੀ ਨਸਲ ਦੇ ਪੰਛੀ ਚੰਗੀ ਨਸਲ ਦੀਆਂ ਮੁਰਗੀਆਂ ਉਹਨਾਂ ਨੂੰ ਹਾਸਲ ਹੋ ਸਕਣ ਉਸ ਤੋਂ ਬਾਅਦ ਬਰੂਡਿੰਗ ਦਾ ਪ੍ਰਬੰਧ ਖੁਰਾਕ ਦਾ ਪ੍ਰਬੰਧ ਇਹ ਵੀ ਬੜਾ ਜ਼ਰੂਰੀ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਅਖੀਰ ਦੇ ਵਿੱਚ ਸਿਹਤ ਪ੍ਰਬੰਧ ਬੜਾ ਜ਼ਰੂਰੀ ਹੁੰਦਾ ਹੈ ਮੁਰਗੀ ਪਾਲਣ ਦੇ ਵਿੱਚ ਇਹਨਾਂ ਦੀ ਵੈਕਸੀਨੇਸ਼ਨ ਦੇ ਉੱਪਰ ਗੌਰ ਕਰਨ ਦੀ ਲੋੜ ਪੈਂਦੀ ਹੈ ਇਹਨਾਂ ਦੀਆਂ ਮੁੱਖ ਬਿਮਾਰੀਆਂ ਜਿਨ੍ਹਾਂ ਦੇ ਵਿੱਚ ਮੈਰਿਕਸ ਡਿਜ਼ੀਜ਼ ਗੰਬੋਰੋ ਡਿਜ਼ੀਜ਼ ਤੇ ਇਹਦੇ ਨਾਲ ਨਾਲ ਰਾਣੀ ਖੇਤ ਇਹ ਬਿਮਾਰੀਆਂ ਮੁੱਖ ਤੌਰ ਦੇ ਉੱਤੇ ਮੁਰਗੀਆਂ ਨੂੰ ਅਫੈਕਟ ਕਰਦੀਆਂ ਨੇ ਤੇ ਬਹੁਤ ਜ਼ਿਆਦਾ ਘਟਾ ਇਹਨਾਂ ਦੇ ਕਰਕੇ ਕਿਸਾਨ ਵੀਰ ਨੂੰ ਸਹਿਣਾ ਪੈ ਸਕਦਾ ਹੈ ਤਾਂ ਇਹ ਸਾਰੇ ਪੱਖਾਂ ਦੇ ਉੱਤੇ ਗੌਰ ਕਰਨ ਦੇ ਬਾਅਦ ਪੱਕਾ ਮੰਡੀਕਰਨ ਹੋਣ ਦੇ ਨਾਲ ਹੀ ਇਸ ਕਿਤੇ ਨੂੰ ਸ਼ੁਰੂ ਕੀਤਾ ਜਾਵੇ ਛੋਟੇ ਸਿਸਟਮ ਦੇ ਵਿੱਚ ਸ਼ੁਰੂ ਕਰਕੇ ਫਿਰ ਇਸ ਨੂੰ ਮੌਕੇ ਦੇ ਮੁਤਾਬਕ ਜਾਂ ਮੰਡੀਕਰਨ ਦੇ ਨਾਲ ਜੋੜ ਕੇ ਵਿਧਾਏ ਵੀ ਜਾ ਸਕਦਾ ਹੈ ਡਾਕਟਰ ਅਰਣਵੀਰ ਜੀ ਤੁਸੀਂ ਬੜੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਇਹੀਆਂ ਗੱਲਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਕਰਨਗੇ ਤਾਂ ਕਿ ਉਹ ਵਧੀਆ ਤਰੀਕੇ ਨਾਲ ਆਪਣਾ ਕੀਤਾ ਚਾਰੂ ਢੰਗ ਨਾਲ ਚਲਾ ਸਕਣ ਬਹੁਤ ਸ਼ੁਕਰੀਆ ਜੀ